शराबी मुंडे ने मारता अपना ही बापू, सिर दे विच इट्टां दे नाल कीते कई वार। कैसा समा आ गया अजकल। पुराने समय दे विच अपने पिता दे लई लोक जान वार दिंदे सी, पर अज दे समय च तुसी देख ही सकते हो कि किवें औलादां अपने पिता दी जान दी दुश्मन बन गईआं। दरअसल एक नौजवान जो कि शराबी सी, नित शराब पींदा सी, पिता दे वल्लों रोकिया जांदा सी पर फिर भी नहीं रोकदा सी। तां इसी रोक टोक नूं लै के एक दिन लड़ाई होई ते पुत ने इट चक के अपने पिता दे सिर ते वार कर दिता। इस तों बाद पिता लहू लुहान हो गया ते अस्पताल ले जाण वेले उसकी मौत हो गई। तां खबर नवां शहर दे कस्बा बंगा दे पिंड वाडोवाल दी है, जिथे शराब दे नशे च धुत एक मुंडे ने अपने ही पिता नूं मार दिता है। सारियां हद्दां पार करतियां ने, रिश्ते तार तार कर दिते ने। दस दिए कि मृतक पिता का नाम दिलबाग राम है, उसके तीन मुंडे और एक कुड़ी है। हसी खुशी परिवार सही चल रहा सी कि एक मुंडे नूं शराब की लत लग गई। वह मुंडा रोज़ाना शराब पी के घर आउण लगा, गली दे विच तमाशे करन लगा। तो पिता ने अपनी इज्जत दे खातर उसनू रोकना चाहिया पर वह फिर भी नहीं रुकिया। एक दिन पिता ने सख्ती दे नाल उस दे नाल गलबात की, तो मुंडा इन्ना गुस्से दे विच आ गया कि उसने चक के इट अपने पिता दे सिर दे विच मार दिती, जिस तों बाद पिता की मौत हो गई ते हुण मुंडे नू सज़ा होवेगी। बापू जी की नाम थोड़ा? सुरिंदर सिंह। सुरिंदर सिंह जी, की अज घटना थोड़ी जिहड़ी पिंड दे विच वापरी आ? ओ माड़ी आ जी। कीता जिहड़ा कतल कीता ओ पिए दा कतल कीता, पुत ने कीता, बुद्धू उहदा नाम आ ਜਿਹੜਾ ਮਰਨ ਵਾਲਾ ਉਹਦੇ ਨਾਲ ਦਿਲਵਾ ਗਿਆ। ਕਿੰਨੀ ਕੁ ਉਮਰ ਆ ਜਿਹੜੀ ਪੁੱਤ ਨੇ ਮਾਰਿਆ? ਜਿਹੜਾ ਜਿਸ ਪੁੱਤ ਮਾਰਿਆ ਉਹ 35 ਸਾਲ ਦੇ ਲਗਭਗ, ਜਿਹੜਾ ਬਾਪ ਆ ਉਹ 65 ਸਾਲ ਦਾ। ਅਤੇ ਮਾਰਿਆ ਕਿਉਂ ਆ? ਸਿਰਫ ਨਸ਼ੇ ਕਾਰਨ ਹੀ। ਨਸ਼ਾ ਕਿਹੜਾ ਕਰਦਾ ਸੀ, ਕੁਛ ਹੈਗਾ ਪਤਾ? ਸ਼ਰਾਬ ਦਾ ਹੀ ਕਰਦਾ ਸੀ। ਸ਼ਰਾਬ ਦਾ ਨਸ਼ਾ ਕਰਦਾ ਸੀਗਾ। ਅਤੇ ਤੁਹਾਡੇ ਕੋਲ ਕਦੀ ਉਹ ਸ਼ਿਕਾਇਤ ਲੈ ਕੇ ਵੀ ਆਏ? ਮੇਰੇ ਕੋਲ ਇੱਕ ਮਹੀਨਾ ਪਹਿਲਾਂ ਵੀ ਆਏ ਸੀ ਸ਼ਿਕਾਇਤ ਲੈ ਕੇ, ਅਤੇ ਮੈਂ ਬੁੱਧੂ ਨੂੰ ਦੱਬ ਕੇ ਵੀ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ। ਮੇਰੇ ਕੋਲ ਕਹਿਣ ਦਾ ਹੀ ਕਰਤਾ ਜੀ ਮੈਂ ਨਹੀਂ ਮੁੜ ਕੇ ਸ਼ਰਾਬ ਨਹੀਂ ਪੀਂਦਾ। ਫਿਰ ਹੁਣ ਪਿੰਡ ਦੇ ਹਾਲਾਤ ਕਿਹੋ ਜਿਹੇ ਨੇ? ਪਿੰਡ ਦੇ ਹਾਲਾਤ ਇਹੋ ਜਿਹੇ ਆ ਕਿ ਪਿੰਡ ਦੇ ਵਿੱਚ ਹੈਗੇ ਨਸ਼ਿਆਂ ਵਾਲੇ ਦੋ ਚਾਰ। ਅਤੇ ਤੁਸੀਂ ਪਿੰਡ ਦੇ ਸਰਪੰਚ ਹੋਣ ਦੇ ਨਾਤੇ ਕਦੀ ਐਫਰਟ ਕੀਤੀ ਆ ਕਿ ਨਸ਼ੇ ਵਾਲੇ ਖਤਮ ਹੋਣ? ਅਸੀਂ ਤਾਂ ਰੋਜ਼, ਮੈਂ ਤਾਂ ਪ੍ਰਚਾਰ ਕਰਦਾ ਨਸ਼ਿਆਂ ਦੇ ਖਿਲਾਫ਼। ਮੈਂ ਤਾਂ ਅੰਮ੍ਰਿਤਾ ਦਾ ਪ੍ਰਚਾਰ ਕਰਦਾ, ਧਾਰਮਿਕ। ਮੈਂ ਤਾਂ ਕਹਿੰਦਾ ਨਸ਼ੇ ਛੱਡੋ, ਗੁਰੂ ਵਾਲੇ ਬਣੋ। ਜੇ ਗੁਰੂ ਵਾਲੇ ਨਹੀਂ ਬਣਨਾ ਨਸ਼ੇ ਹੀ ਛੱਡ ਦਿਓ। ਅਸੀਂ ਪੂਰਾ ਸਾਡੇ ਆਪਣੇ ਖੇਤਾਂ 'ਚ ਭਲਵਾਨੀ ਦਾ ਅਖਾੜਾ ਬਣਾਇਆ। ਸਾਡੇ ਕੋਲ ਹਿੰਦੁਸਤਾਨ ਦੇ ਪਹਿਲੇ ਦਾਦੇ ਦੇ ਮਾਲ ਆ, 50 ਮੁੰਡੇ ਹੁੰਦੇ ਆ। ਮੇਰਾ ਕਾਕਾ ਵੱਡਾ ਭਲਵਾਨ ਆ। ਮੈਂ ਜਿੱਦਾਂ ਰੋਟੀ ਲੈਣ ਗਿਆ ਸੀਗਾ ਅਤੇ ਜਦੋਂ ਮੈਂ ਮੁੜ ਕੇ ਆਇਆ ਉਹ ਉੱਥੇ ਗਲੀ 'ਚ ਬਾਹਰ ਪਏ ਸੀਗੇ ਅਤੇ ਉਹਨਾਂ ਦੇ ਇੱਥੇ ਖੂਨ ਚੱਲਦਾ ਪਿਆ ਸੀਗਾ। ਫਿਰ ਮੈਂ ਚੱਕਿਆ ਉਹਨਾਂ ਨੂੰ ਹੋਸਪਿਟਲ ਲੈ ਗਿਆ ਅਤੇ ਖੂਨ ਜਿੱਦਾਂ ਉਹਦਾ ਸਾਰਾ ਨਿਕਲ ਗਿਆ ਸੀ, ਉਹਦੇ ਨਾਲ ਉਹਨਾਂ ਦੀ ਮੌਤ ਹੋ ਗਈ। ਖੂਨ ਕਾਹਦੇ ਨਾਲ ਨਿਕਲਿਆ? ਪਤਾ ਨਹੀਂ ਕੀ ਚੀਜ਼ ਮਾਰੀ ਆ, ਕਿ ਇੱਥੇ ਟੱਕ ਲੱਗੇ ਹੋ ਸੀਗੇ, ਇੱਥੇ ਦਿਮਾਗ 'ਤੇ ਸੀ, ਪਿੱਛੇ ਟੱਕ ਲੱਗੇ ਹੋ ਸੀ। ਵੱਡੇ ਭਰਾ ਨੇ ਮਦਨ ਲਾਲ, ਮੈਸੇਜ ਕੰਮ ਕਰਦਾ ਸੀਗਾ ਜੀ। ਨਸ਼ਾ ਦਾਰੂ ਪੀਂਦਾ ਸੀਗਾ ਜੀ, ਕੁਛ ਨਹੀਂ। ਪਰਮਜੀਤ ਕੌਰ ਆਪਣੇ ਸਹੁਰੇ ਸੀਗੀ, ਸਹੁਰਿਆਂ ਤੋਂ ਕੋਈ ਵੀ ਨੀ ਸੀ ਘਰ ਦਾ। ਸਰ ਕੀ ਨਾਂ ਤੁਹਾਡਾ? ਲੋਚਨ ਸਿੰਘ। ਸਰ ਘਟਨਾ ਬੜੀ ਮਾੜੀ ਹੈ ਜੀ, ਨਿੰਦਣਯੋਗ ਹੈ। ਅਤੇ ਇੱਦਾਂ ਦੇ ਹਾਲਾਤ ਬੜੇ ਦੇਖਣ ਵਿੱਚ ਬੜਾ ਦੁੱਖ ਜਿਹਾ ਲੱਗਦਾ ਹੈ। ਇਹਨੂੰ ਕੌਣ ਜਾਇਜ਼ ਕਹਿ ਸਕਦਾ ਜੀ? ਤੁਹਾਡੇ ਕੋਲ ਬਜ਼ੁਰਗ ਆਉਂਦੇ ਸਨ? ਹਾਂਜੀ, ਬਜ਼ੁਰਗ ਵੀ ਆਉਂਦਾ ਸੀ, ਮੁੰਡਾ ਵੀ ਆਉਂਦਾ ਸੀ ਆਪਣੇ ਕੋਲ, ਅਤੇ ਆਟਾ ਪਾਣੀ ਵਗੈਰਾ ਲੈ ਕੇ ਜਾਣਾ ਉਹਨਾਂ ਨੇ। ਅਤੇ ਹਾਲਾਤ ਉਹਨਾਂ ਦੇ ਇੱਦਾਂ ਦੇ ਸੀਗੇ, ਕਈ ਵਾਰ ਬਜ਼ੁਰਗ ਤਾਂ ਬੜਾ ਤਰਸ ਕਰਕੇ ਉਹਨਾਂ ਦੇ ਪੈਸੇ ਵੀ ਨਹੀਂ ਲੈਂਦੇ ਸੀ।
ਲੈ ਜਾ ਭਾਈ ਤੂੰ ਆਟਾ ਰੋਟੀ ਖਾ। ਅਤੇ ਪੁੱਤ ਜਿਹੜੇ ਸੀਗੇ ਉਹ ਤਿੰਨ ਪੁੱਤ ਦੱਸਦੇ ਆ, ਉਹ ਤਿੰਨੇ ਨਹੀਂ ਕੰਮ ਕਰਕੇ ਰੋਟੀ ਖਿਲਾ ਸਕਦੇ ਸੀ ਬਾਪ ਨੂੰ? ਦੇਖੋ ਸਰ ਜੀ, ਮੈਂ ਤਿੰਨਾਂ ਦਾ ਤਾਂ ਵਾਕਫ ਨਹੀਂ ਜੀ, ਇੱਕ ਨੂੰ ਜ਼ਰੂਰ ਅਸੀਂ ਜਿੰਨਾ ਬੁੱਧੂ ਜੀ ਨੂੰ ਕਹਿੰਦੇ ਹਾਂ ਉਹਨੂੰ ਅਸੀਂ ਜ਼ਰੂਰ ਕਹਿੰਦੇ ਸੀ ਵੀ ਪਿਓ ਦਾ ਥੋੜ੍ਹਾ ਖਿਆਲ ਰੱਖਿਆ ਕਰੋ, ਜਿਹਨੇ ਇਸ ਅਵਸਥਾ ਦੇ ਵਿੱਚ ਜਿਹਨੇ ਕਤਲ ਕੀਤਾ। ਹਾਂਜੀ ਹਾਂਜੀ, ਉਹਦਾ ਨਾਮ ਬੁੱਧੂ ਸੀ। ਹਾਂਜੀ 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 ਹਾਂ, ਦੱਸੋ ਚੁੱਕਾ ਜੀ, ਇਹ ਦੋਸ਼ੀ ਜਿਹੜਾ ਆ ਇਹ ਮਦਨ ਲਾਲ ਉਰਫ ਬੁੱਧੂ, ਸਨ ਆਫ ਦਰਬਾਰਾ ਉਰਫ ਆਪਣੇ ਦਰਬਾਰ ਵਾਸੀ ਪਿੰਡ ਬਾਹਰੋਵਾਲ ਥਾਣਾ ਸਦਰ ਬੰਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜਵਾਨੇ ਪ੍ਰਤੀਤ ਗ੍ਰਿਫਤਾਰ ਕੀਤਾ। ਇਹਦਾ ਇਹ ਤਿੰਨ ਭਰਾ ਆ, ਇੱਕ ਭੈਣ, ਭੈਣਾਂ ਦੀ ਵਿਆਹੀ ਹੋਈ ਹੈ, ਤਿੰਨ ਭਰਾ ਜਿਹੜੇ ਉਹ ਅਣਵਿਆਹੇ ਹਲੇ ਨਹੀਂ ਵਿਆਹੇ, ਉਮਰ ਵੀ ਕਾਫੀ ਹੋ ਗਈ ਇਹਨਾਂ ਦੀ, ਅਤੇ ਮਾਤਾ ਇਹਨਾਂ ਦੀ ਗਰੀਬ ਦੁਖੀ ਆ, ਅਤੇ ਇਹ ਆਪਣੇ ਇਹਨਾਂ ਦਾ ਹਲੇ ਵਿਆਹ ਨਹੀਂ ਹੋਇਆ, ਮਜ਼ਦੂਰੀ ਕਰਦੇ ਆ। ਪਿਤਾ ਇਹਨਾਂ ਦਾ ਉਮਰ ਕਰੀਬ 64 ਸਾਲ ਆ, ਉਹ ਵੀ ਆਪਣੀ ਨਰੇਗਾ ਦੇ ਵਿੱਚ ਜਿਹੜੇ ਆਪਾਂ ਕਰਦਾ, ਅਤੇ ਉਹ ਹੁਣ ਘਰ ਦਾ ਖਰਚਾ ਜਿਹੜਾ ਆ ਉਹ ਆਪ ਚਲਾਉਣਾ ਸੀਗਾ, ਹੁਣ ਗਰੀਬੀ ਹੋਣ ਕਾਰਨ ਘਰ ਵਿੱਚ ਖਰਚਾ ਉਹਨੇ ਮੁੰਡੇ ਨੂੰ ਕਿਹਾ ਵੀ ਮੈਨੂੰ ਖਰਚਾ ਦਿਆ ਕਰ, ਜਿਹੜਾ ਆ ਬੇਟਾ ਇਹ ਸ਼ਰਾਬ ਪੀਣ ਦਾ ਆਦੀ ਆ, ਇਹ ਜਿੰਨੇ ਪੈਸੇ ਕਮਾਉਂਦਾ ਸਾਰੇ ਇਹ ਸ਼ਰਾਬ ਪੀ ਲੈਂਦਾ, ਅਤੇ ਉਹਨੇ ਫਿਰ ਕਿਹਾ ਵੀ ਮੈਨੂੰ ਪੈਸੇ ਦਿਆ ਕਰ। ਪਹਿਲਾਂ ਵੀ ਇਹਨਾਂ ਦਾ ਅਕਸਰ ਦਾਦੇ ਬਾਈ ਦਾ ਭਰਾ ਸਾਡਾ ਇਹ ਝਗੜਾ ਚੱਲਦਾ ਰਹਿੰਦਾ ਸੀਗਾ, ਅਤੇ ਮਿਤੀ 22/11/2023 ਨੂੰ ਰਾਤ ਨੂੰ ਵੀ ਇਹਨਾਂ ਦਾ ਝਗੜਾ ਹੋਇਆ, ਉਹਨੇ ਕੁਝ ਸ਼ਰਾਬ ਪੀਤੀ ਹੋਈ ਸੀ, ਆਪਣੇ ਬਾਪ ਨਾਲ ਝਗੜਾ ਹੋਇਆ ਪੈਸਿਆਂ ਕਰਕੇ ਵੀ ਪੈਸੇ ਜਾ ਕਰ ਘਰ ਦੇ ਖਰਚੇ ਬਾਰੇ, ਅਤੇ ਉਹ ਮੂਹਰਿਓਂ ਨਹੀਂ ਉੱਥੋਂ ਫਿਰ ਉਹਨਾਂ ਨੇ ਇਲਾਜ ਲਈ ਦਾਖਲ ਕਰਾਇਆ ਸੀਗਾ ਸਿਵਲ ਹਸਪਤਾਲ ਬੰਗੇ, ਅਤੇ ਉੱਥੇ ਦੱਸਣ ਮੁਤਾਬਕ ਬਿਆਨਾਂ ਮੁਤਾਬਕ ਉਹਨਾਂ ਨੇ ਕਿਹਾ ਵੀ ਉੱਥੇ ਕੁਛ ਸਮੇਂ ਬਾਅਦ ਉਹਦੀ ਮੌਤ ਹੋ ਗਈ ਹੈ।